ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸੈਮ ਵਨ ਦੀ ਡੇਟਸ਼ੀਟ ਇੱਕ ਵੀਡੀਓ ਚ ਡਿਸਕਸ ਕੀਤੀ ਸੀ ਦੂਸਰੇ ਵੀਡੀਓ ਵਿੱਚ ਕਲਾਸ਼ ਨੂੰ ਜਾਣਨ ਲਈ ਔਰ ਕਿਹੜੇ ਸਬਜੈਕਟ ਦੇ ਪੇਪਰ ਹੁੰਦੇ ਹੈ ਉਸ ਲਈ ਵੀ ਇਹ ਵੀਡੀਓ ਲਾਹੇਵੰਦ ਹੋਏਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਭਾਗ ਦੂਜਾ ਹੈ ਮਤਲਬ ਸਾਲ ਦੂਸਰਾ ਹੈ ਸੈਮਿਸਟਰ ਤੀਸਰਾ ਹੈ ਤੀਜੇ ਸੈਮਿਸਟਰ ਦੀ 9 ਦਸੰਬਰ 2023 ਤੋਂ ਸ਼ੁਰੂ ਹੋ ਰਹੀ ਹੈ ਪ੍ਰੀਖਿਆ ਰਿਵਾਈਜ਼ਡ ਡੇਟਸ਼ੀਟ ਹੈ ਸੋ ਇਹਨਾਂ ਲੜੀ ਨੰਬਰ ਜਿਹੜੇ ਦਿੱਤੇ ਗਏ ਹਨ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਉਸ ਦਾ ਕੋਈ मीनिंग ਤੁਹਾਡੇ ਲਈ ਨਹੀਂ ਹੈ ਦਫਤਰੀ ਵਰਤੋਂ ਲਈ ਹੈ ਐਡੀਸ਼ਨਲ ਰਿਪੇਅਰ ਸਪੈਸ਼ਲ ਚਾਂਸ ਇੰਪਰੂਵਮੈਂਟ ਦੇ ਵਿਦਿਆਰਥੀਆਂ ਲਈ ਇਹ ਡੇਟ ਸ਼ੀਟ ਹੈ ਇਹ 9 ਤਰੀਕ ਨੂੰ ਹੋ ਰਹੇ ਨੇ ਪਹਿਲਾ ਪੇਪਰ ਇਕਨੋਮਿਕਸ ਦਾ ਮਾਈਕਰੋ ਇਕਨੋਮਿਕਸ ਹੈ ਦੂਸਰਾ ਡਿਫੈਂਸ ਐਂਡ ਸਟ੍ਰੈਟੈਜਿਕ ਸਟੱਡੀਜ਼ ਦਾ ਪੇਪਰ ਹੈ ਸਬਜੈਕਟ ਹੈ ਐਜੂਕੇਸ਼ਨ ਹੈ ਬੇਸਿਸ ਆਫ ਐਜੂਕੇਸ਼ਨ ਪੇਪਰ ਦਾ ਨਾਮ ਹੈ 12 ਤਰੀਕ ਨੂੰ ਅ ਦੇਖੋ ਕਿ ਸ਼ਾਮ ਨੂੰ ਕੋਈ ਪੇਪਰ ਹੈ ਨਹੀਂ ਹੈ ਪਹਿਲਾਂ ਵੀ ਦੱਸਦਾ ਪਿਛਲੇ ਵਿੱਚ ਵੀ ਦੱਸਿਆ ਹੈ ਕਿ ਪੇਪਰ ਸ਼ੁਰੂ ਹੋਣ ਦਾ ਸਮਾਂ ਸਵੇਰ ਦਾ 9:30 ਵਜੇ ਹੈ 12:30 ਵਜੇ ਤੱਕ ਹੈ ਔਰ ਦੁਪਹਿਰ ਦਾ ਜਾਂ ਸ਼ਾਮ ਦਾ ਜਿਹੜਾ ਹੈ 1:30 ਵਜੇ ਤੋਂ ਲੈ ਕੇ 4:30 ਵਜੇ ਤੱਕ ਹੈ ਸੋ 9 ਤਰੀਕ ਨੂੰ ਸ਼ਾਮ ਨੂੰ ਕੋਈ ਪੇਪਰ ਨਹੀਂ ਹੈ 9 ਤਰੀਕ ਤੋਂ ਬਾਅਦ 10 11 ਦੀ ਛੁੱਟੀ ਹੈ 12 ਨੂੰ ਪੇਪਰ ਹੈ ਮੰਗਲਵਾਰ ਹੈ ਸਾਈਕੋਲੋਜੀ ਪੇਪਰ 1 ਮੈਥਮੈਟਿਕਸ ਪੇਪਰ 1 ਮੈਥਮੈਟਿਕਸ ਪੇਪਰ 1 ਇਹ ਨਵਾਂ ਸਿਲੇਬਸ ਹੈ ਮੈਥਮੈਟਿਕਸ ਤੇ ਇਹ ਦਸੰਬਰ 2020 ਦਾ ਸਿਲੇਬਸ ਹੈ ਫਿਲਾਸਫੀ ਦਾ ਲੌਜਿਕ ਦਾ ਪੇਪਰ ਹੈ ਡੀਈ ਤੇ ਪ੍ਰਾਈਵੇਟ ਦੋਨਾਂ ਕੈਂਡੀਡੇਟ ਜਿਹੜੇ ਕੈਂਡੀਡੇਟਸ ਨੇ ਹਨਾ ਸੋ ਸ਼ਾਮ ਨੂੰ ਇਸ ਦਾ ਹਿਸਟਰੀ ਦਾ ਪੇਪਰ ਹੈ ਹਿਸਟਰੀ ਆਫ ਇੰਡੀਆ ਦਾ ਡੀਈ ਤੇ ਪ੍ਰਾਈਵੇਟ ਦੋਨਾਂ ਦਾ Uh, 14 ਤਰੀਕ ਨੂੰ 13 ਤਰੀਕ ਦੀ ਛੁੱਟੀ ਹੈ 14 ਤਰੀਕ ਨੂੰ ਸਵੇਰੇ ਕੋਈ ਐਗਜ਼ਾਮ ਨਹੀਂ ਹੈ ਇੰਗਲਿਸ਼ ਕਮਿਊਨੀਕੇਸ਼ਨਸ ਸਕਿੱਲਸ ਓਕੇ ਇਹ ਸ਼ਾਮ ਨੂੰ ਪੇਪਰ ਹੈ 15 ਦੀ ਛੁੱਟੀ ਹੈ 16 ਨੂੰ ਸ਼ਨੀਵਾਰ ਨੂੰ ਸਵੇਰੇ ਕੋਈ ਪੇਪਰ ਨਹੀਂ ਹੈ ਪੰਜਾਬੀ ਲਾਜ਼ਮੀ ਦਾ ਪੇਪਰ ਸ਼ਾਮ ਨੂੰ ਹੈ ਪੰਜਾਬੀ ਲਾਜ਼ਮੀ ਮੁੱਢਲਾ ਗਿਆਨ ਸ਼ਾਮ ਨੂੰ ਹੈ 19 ਤਰੀਕ ਇਹ 17 ਤੇ 18 ਦੀ ਛੁੱਟੀ ਹੈ ਮੰਗਲਵਾਰ ਨੂੰ 19 12 ਨੂੰ ਸੰਸਕ੍ਰਿਤ ਆਪਸ਼ਨ A ਆਪਸ਼ਨ 2 ਇਹ ਦੋ ਐਗਜ਼ਾਮ ਹਨ ਉਰਦੂ ਏ ਵੀ ਪ੍ਰਾਈਵੇਟ ਤੇ ਡੀਈ ਕੈਂਡੀਡੇਟਸ ਦਾ ਹੈ ਸਵੇਰੇ ਇਹ एग्जाम ਹਨ ਸ਼ਾਮ ਨੂੰ ਹੈ ਪੰਜਾਬੀ ਸਾਹਿਤ ਚੋਣਵਾ ਹਿੰਦੀ ਆਪਸ਼ਨ 1 ਆਪਸ਼ਨ 2 ਹਿੰਦੀ ਸਾਹਿਤ ਹਿੰਦੀ ਸਾਹਿਤ ਇਹ ਆਪਸ਼ਨ 1 2 ਖੁਦ ਦੇਖਣੀ ਪੈਗੀ ਅ ਇੰਗਲਿਸ਼ ਜੋ ਕਿ ਜੇ ਤੁਸੀਂ ਫਿਲ ਕੀਤਾ ਹੋਏਗਾ ਉਦੋਂ ਤਾਂ ਤੁਹਾਨੂੰ ਪਤਾ ਹੋਏਗਾ ਇੰਗਲਿਸ਼ ਲਿਟਰੇਚਰ ਇੰਗਲਿਸ਼ ਲਿਟਰੇਚਰ ਫਾਰਮ 64 ਤੋਂ ਦਾ 18th ਸੈਂਚਰੀ ਅ ਨੈਕਸਟ ਹੈ ਇਸ ਤੋਂ ਬਾਅਦ 19 ਤਰੀਕ ਤੋਂ ਬਾਅਦ ਕਦੋਂ ਪੇਪਰ ਹੈ 21 ਤਰੀਕ ਨੂੰ 20 ਤਰੀਕ ਤੇ ਛੁੱਟੀ ਹੈ ਸਵੇਰੇ ਪੇਪਰ ਹੈ ਸ਼ਾਮ ਨੂੰ ਕੋਈ ਪੇਪਰ ਨਹੀਂ ਹੈ ਕੰਪਿਊਟਰ ਸਾਇੰਸ ਦਾ ਹੈ ਫਿਰ ਕੰਪਿਊਟਰ ਐਪਲੀਕੇਸ਼ਨ BAP ਦਾ ਹੈ ਫਿਰ ਉਸ ਤੋਂ ਬਾਅਦ ਗੁਰਮਤ ਸੰਗੀਤ ਦਾ ਹੈ ਲਿੰਗੁਇਸਟਿਕ ਪੇਪਰ 1 ਦਾ ਇਕਨੋਮਿਕਸ ਐਂਡ ਫਿਨੋਲੋਜੀ ਦਾ ਹੈ ਅ ਇਹ ਸ਼ਾਮ ਨੂੰ ਕ੍ਰਾਸ ਕਰ ਦਿੱਤਾ ਹੈ ਕੋਈ ਪੇਪਰ ਨਹੀਂ ਹੈ 21 ਤਰੀਕ ਨੂੰ 21 22 ਦੀ ਛੁੱਟੀ ਹੈ 23 ਸ਼ਨੀਵਾਰ ਸੋਸ਼ੀਓਲੋਜੀ ਪੇਪਰ 1 ਹੈ ਅ ਫਿਰ ਹੈ ਰੂਰਲ ਡਵੈਲਪਮੈਂਟ ਦਾ ਪੇਪਰ ਸੈਕੰਡ ਸਵੇਰੇ ਹੈ ਸ਼ਾਮ ਨੂੰ ਕੋਈ ਪੇਪਰ ਨਹੀਂ ਹੈ 9 ਤਰੀਕ ਨੂੰ ਇੱਕ ਤੋਂ 23 ਤੋਂ ਲੈ ਕੇ 8 ਤਰੀਕ ਤੱਕ ਛੁੱਟੀਆਂ ਹਨ ਜੋ ਦਸੰਬਰ ਦੀਆਂ ਉਸ ਤੋਂ ਬਾਅਦ ਪੋਲਿਟੀਕਲ ਸਾਇੰਸ ਦਾ ਹੈ ਇੰਡੀਅਨ ਪੋਲਿਟੀ ਸਵੇਰੇ ਹੈ ਠੀਕ ਹੈ ਤਬਲਾ ਸਵੇਰੇ ਹੈ ਪੁਲਿਸ ਐਡਮਿਨਿਸਟ੍ਰੇਸ਼ਨਸ ਸਵੇਰੇ ਹੈ ਫਿਰ 10 ਦੀ ਛੁੱਟੀ ਹੈ 11 ਜਨਵਰੀ ਵੀਰਵਾਰ ਪਬਲਿਕ ਐਡਮਿਨਿਸਟ੍ਰੇਸ਼ਨਸ ਹੈ ਧਨ ਹੈ ਹਿਸਟਰੀ ਆਫ ਆਰਟ ਪੇਪਰ A ਹਿਸਟਰੀ ਆਫ ਇੰਡੀਅਨ ਐਂਡ ਯੂਰੋਪੀਅਨ ਪੇਂਟਿੰਗ ਐਂਡ ਸਕਲਪਚਰ ਸ਼ਾਮ ਨੂੰ ਪੇਪਰ ਕੋਈ ਨਹੀਂ ਹੈ 13 ਤਰੀਕ ਨੂੰ 12 ਤਰੀਕ ਦੀ ਛੁੱਟੀ ਹੈ ਮੈਥਮੈਟਿਕਸ ਪੇਪਰ 2 ਹੈ ਲੀਨੀਅਰ ਪ੍ਰੋਗਰਾਮਿੰਗ ਨੈਕਸਟ ਹੈ 16 ਤਰੀਕ ਨੂੰ ਫਿਰ ਸਵੇਰੇ ਪੇਪਰ ਹੈ ਕਿਹੜਾ ਪੇਪਰ ਹੈ ਦੇਖ ਲੈਣੇ ਹਨ ਰਿਲੀਜੀਅਸ ਸਟਡੀ ਸਾਮੀ ਧਰਮ ਔਰ ਊਮਨ ਸਟਡੀ ਊਮਨ ਐਂਡ ਸੋਸਾਇਟੀ 16 ਤਰੀਕ ਨੂੰ ਹੈ 17 18 ਦੀ ਛੁੱਟੀ ਹੈ 19 ਤਰੀਕ ਨੂੰ ਮੈਥਮੈਟਿਕਸ ਪੇਪਰ 3rd ਔਰ ਮੈਥਮੈਟਿਕਸ ਪੇਪਰ 3rd ਸਿਰਫ ਨਵਾਂ ਸਿਲੇਬਸ ਤੇ 2020 ਦੇ ਸਿਲੇਬਸ ਦਾ ਫਰਕ ਹੈ ਸੋ ਸਵੇਰੇ ਪੇਪਰ ਹੈ 20 ਤਰੀਕ ਨੂੰ 20 ਜਨਵਰੀ ਨੂੰ ਐ এনवायरमेंट ਐਂਡ ਰੋਡ ਸਟਡੀ ਅਵੇਅਰਨੈਸ ਡਿਫਰੈਂਟ ਜਿਹਾ ਐਗਜ਼ਾਮ ਹੈ ਬਾਕੀ ਐ ਪ੍ਰਾਈਵੇਟ ਦਾ ਮਤਲਬ ਐਡੀਸ਼ਨਲ ਵਾਲਿਆਂ ਦਾ ਹੈ ਡੀਈ ਦਾ ਮਤਲਬ ਡਿਸਟੈਂਸ ਐਜੂਕੇਸ਼ਨ ਦਾ ਹੈ ਇਹ ਡੇਟਸ਼ੀਟ ਰਿਵਾਈਜ਼ ਹੋ ਸਕਦੀ ਹੈ ਥੈਟ ਇਜ਼ ਵਾਈ ਕੰਟੀਨਿਊ ਵੈਬਸਾਈਟ ਦੇਖਦੇ ਰਹੋ ਕਿ ਕੋਈ ਚੇਂਜ ਹੋਈ ਤਾਂ ਨਹੀਂ ਹੈ ਆਲਰੇਡੀ ਰਿਵਾਈਜ਼ਡ ਡੇਟਸ਼ੀਟ ਹੈ ਥੈਂਕ ਯੂ ਕੋਈ ਕੁਐਸਚਨ ਹੋਵੇ ਪੁੱਛ ਸਕਦੇ ਹੋ ਕਮੈਂਟ ਬਾਕਸ